कुटिया संत बाबा फूलनाथ जी पिंड जैतेवाली विखे संत बाबा फूलनाथ जी का सालाना जोड़ मेला अमृतबाणी सतगुर रविदास महाराज जी की छत्रछाया हेठ देशों विदेशों दी सू संगतां दे सहयोग नाल डेरा चहेड़ू दे मुख सेवादार संत बाबा कृष्ण नाथ जी की विशेष अगवाई विच बहुत ही उत्साह ते श्रद्धा नाल मनाया गया, जिस दे संबंध विच पहला अमृतबाणी सतगुर रविदास महाराज जी के जापां दे भोग पाए गए, उपरंत सतगुर रविदास महाराज जी की पवित्र बाणी का गायन करते हुए हैड ग्रंथी भाई प्रवीण कुमार, हजूरी रागी भाई मंगत राम महमी, महंत अवतार दास चहेड़ू वाले, संत टहलदास नंगलखेड़ा वालिया ने संगतां नूं गुरबाणी कीर्तन राही निहाल किया। इस मौके कुली वाली सरकार बाबा कृष्ण मुरारी शाह जी, पंडित जगदीश जी आदमपुर, मखण सिंह मीरपुर जट्टा, सतगुरु रविदास पब्लिक स्कूल के प्रिंसीपल हरदीप कौर, सबका स्कूल प्रिंसीपल ब्रिज लाल कलसी भी समागम दौरान हाजिर हुए। इस मौके संत बाबा कृष्ण नाथ जी ने समूह संगतां नूं अपने प्रवचना राही निहाल करते हुए कहा, सानू सारिआं नूं अपने गुरुआं दे दरसाए मार्ग ते चलना चाहीदा है ਅਤੇ ਨਾਮ ਬਾਣੀ ਨਾਲ ਜੁੜ ਕੇ ਸਾਦਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਸਮਾਗਮ ਦੌਰਾਨ ਪ੍ਰਿੰਸੀਪਲ ਹਰਦੀਪ ਕੌਰ, ਸਤਿਗੁਰ ਰਵਿਦਾਸ ਪਬਲਿਕ ਸਕੂਲ ਅਤੇ ਹੋਰ ਵੱਖ ਵੱਖ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਦਾ ਸੰਤ ਬਾਬਾ ਕ੍ਰਿਸ਼ਨ ਨਾਥ ਜੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਕੁਟੀਆ ਸੰਤ ਬਾਬਾ ਫੂਲਨਾਥ ਜੀ ਦੀ ਮੈਨੇਜਮੈਂਟ ਵੱਲੋਂ ਸੰਗਤਾਂ ਲਈ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਗੁਰੂ ਕੇ ਲੰਗਰਾਂ ਦਾ ਬਹੁਤ ਸੁਚੱਜੇ ਢੰਗ ਨਾਲ ਪ੍ਰਬੰਧ ਕੀਤਾ ਗਿਆ। ਇਸ ਮੌਕੇ ਸੈਕਟਰੀ ਕਮਲਜੀਤ ਕੋਥੜਾ, ਧਰਮਪਾਲ ਕਲੇਰ, ਭੁੱਲਾ ਰਾਮ, ਜਸਵਿੰਦਰ ਬਿੱਲਾ, ਸਰਪੰਚ ਰਸ਼ਪਾਲ ਫੌਜੀ, ਸਾਬਕਾ ਸਰਪੰਚ ਤਰਸੇਮ ਲਾਲ ਪਵਾਰ, ਪ੍ਰਕਾਸ਼ ਰਾਮ, ਭਗਤ ਰਾਮ, ਕਾਂਛੀ ਰਾਮ, ਬਿੰਦਰਪਾਲ ਅਤੇ ਸਮੂਹ ਸਤਿਗੁਰ ਰਵਿਦਾਸ ਐਜੂਕੇਸ਼ਨ ਟਰੱਸਟ ਜੈਤੇਵਾਲੀ ਦੇ ਸਮੂਹ ਮੈਂਬਰ ਅਤੇ ਸੰਗਤਾਂ ਹਾਜ਼ਰ ਸਨ। ਦੁਨੀਆਂ ਨੂੰ ਤਾਰਨ ਵਾਸਤੇ ਭੁੱਲਿਆਂ ਹੋਇਆਂ ਨੂੰ, ਭਟਕਿਆਂ ਹੋਇਆਂ ਨੂੰ ਸਹੀ ਦਿਸ਼ਾ ਦਿਖਾਉਣ ਵਾਸਤੇ, ਇਸੇ ਕਰਕੇ ਬਾਣੀ ਫਰਮਾਉਂਦੀ ਹੈ, ਜਨਮ ਮਰਨ ਦੋਉ ਮੈਂ ਨਾਹੀ ਜਨ ਪਰ ਉਪਕਾਰੀ ਆਏ। ਤੇ ਗੁਰਪਿਆਰੀ ਸਾਹਿਬ ਸੰਗਤ ਜੀ, ਜਿੱਥੇ ਸੰਤ ਮਹਾਂਪੁਰਸ਼ ਇਹ ਪਰ ਉਪਕਾਰ ਕਰਨ ਵਾਸਤੇ ਆਉਂਦੇ ਨੇ, ਜਿੱਥੇ ਇਹ ਬਖਸ਼ਿਸ਼ਾਂ ਕਰਨ ਵਾਸਤੇ ਆਉਂਦੇ ਨੇ, ਉੱਥੇ ਇਹ ਸਾਡੇ ਵਰਗਿਆਂ ਨੂੰ ਕਦਮਾਂ ਵਿੱਚ ਜਗ੍ਹਾ ਦੇ ਕਰਕੇ ਆਪਣੀ ਸ਼ਰਨ ਵਿੱਚ ਲੈ ਕੇ ਕੀਤੇ ਹੋਏ ਗੁਨਾਹਾਂ ਤੇ ਪਰਦਾ ਪਾ ਦਿੰਦੇ ਨੇ। ਤੇ ਗੁਰਪਿਆਰਿਓ, ਅੱਜ ਬੜੇ ਭਾਗਾਂ ਵਾਲਾ ਸਮਾਂ ਕਿ ਅੱਜ ਸਤਿਗੁਰਾਂ ਦੀ ਸ਼ਰਨ ਵਿੱਚ ਸਾਨੂੰ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ। ਤੋ ਆਓ, ਸਮਾਂ ਇੱਕੋ ਸ਼ਬਦ ਹੈ, ਕੋਸ਼ਿਸ਼ ਮੇਰੀ ਇਹੀ ਰਹੇਗੀ ਕਿ ਮੈਂ ਆਪਣੇ ਸਮੇਂ ਵਿੱਚ ਰਹਾਂ, ਕਿਉਂਕਿ ਗੁਰਪਿਆਰੀ ਸਾਹਿਬ ਸੰਗਤ ਜੀ, ਮੇਰਾ ਆਪਣਾ ਮੰਨਣਾ ਹੈ, ਮੈਂ ਕਿਸੇ ਦੀ ਗੱਲ ਨਹੀਂ ਕਰਦਾ। ਬਾਣੀ ਫਰਮਾਉਂਦੀ ਹੈ, ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋ। ਜਿਹੜੇ ਹੁਕਮ ਅੰਦਰ ਰਹਿੰਦੇ ਨੇ ਉਹਨਾਂ ਦਾ ਹੁਕਮ ਚੱਲਦਾ। ਸੰਤ ਬਾਬਾ ਫੂਲਨਾਥ ਮਹਾਰਾਜ ਜੀ ਦੇ ਹੁਕਮ ਵਿੱਚ ਸੰਤ ਬਾਬਾ ਬ੍ਰਹਮਨਾਥ ਰਹੇ, ਫਿਰ ਉਹਨਾਂ ਦਾ ਹੁਕਮ ਚੱਲਿਆ। ਉਹਨਾਂ ਦੇ ਹੁਕਮ ਵਿੱਚ ਸੰਤ ਕ੍ਰਿਸ਼ਨਨਾਥ ਮਹਾਰਾਜ ਜੀ ਚੱਲੇ, ਅੱਜ ਉਹਨਾਂ ਦਾ ਹੁਕਮ ਚੱਲ ਰਿਹਾ। ਤੇ ਗੁਰਪਿਆਰੀ ਸਾਹਿਬ ਸੰਗਤ ਜੀ, ਜਿਹੜੇ ਹੁਕਮ ਅੰਦਰ ਰਹਿੰਦੇ ਨੇ ਉਹ ਕੁਝ ਖੱਟੀਆਂ ਖੱਟ ਜਾਂਦੇ ਨੇ। ਆਓ, ਗੁਰਚਰਨਾਂ ਦੀ ਹਾਜ਼ਰੀ ਭਰਦੇ ਹੋਏ, ਤੁਮ ਚੰਦਨ ਹਮ ਇਰੰਗ ਬਾਬਰੇ, ਦੇਖੋ ਗੁਰਪਿਆਰੀ ਸਾਹਿਬ ਸੰਗਤ ਜੀ, ਸਤਿਗੁਰੂ ਰਵਿਦਾਸ ਮਹਾਰਾਜ ਕਿਤਨੀ ਬੜੀ ਕਿਰਪਾ ਕਰਦੇ ਨੇ। ਇਹ ਪਰਮਾਤਮਾ ਤੂੰ ਤੇ ਚੰਦਨ ਹੈ, ਪਰ ਇਹੋ ਜਿਹੀ ਤੇਰੀ ਕਿਰਪਾ ਕਿ ਸਾਨੂੰ ਰਿੰਡ ਵਰਗਿਆਂ ਨੂੰ ਆਪਣੇ ਨਾਲ ਜੋੜ ਲਿਆ, ਸਾਡੀ ਕਦਰ ਕਰ ਦਿੱਤੀ, ਸਾਡੀ ਤੇਰੇ ਨਾਲ ਜੁੜਨ ਨਾਲ ਕਦਰ ਹੋ ਗਈ, ਕੀਮਤ ਹੋ ਗਈ। ਤੇ ਗੁਰਪਿਆਰੀ ਸਾਧ ਸੰਗਤ ਜੀ, ਕੀਮਤ ਉਹਨਾਂ ਦੀ ਹੁੰਦੀ ਜਿਹੜੇ ਜੁੜ ਜਾਂਦੇ ਨੇ, ਜਿਹੜੇ ਕਿਸੇ ਦੇ ਹੋ ਜਾਂਦੇ ਨੇ। ਤੋ ਆਓ, ਗੁਰਚਰਨਾਂ ਵਿੱਚ ਹਾਜ਼ਰੀਆਂ, ਇੱਕ ਸ਼ਬਦ ਨਾਲ ਹਾਜ਼ਰੀ, ਬੜੇ ਅਦਬ ਸਤਿਕਾਰ ਨਾਲ ਸਾਰੀਆਂ ਸੰਗਤਾਂ। ਪਦੋ ਸਤ ਸੰਗ ਸਰਨ ਹਮ
नगर पिंड जैते वाली और इलाका निवासी संगत ते डेरा संत बाबा फूलनाथ जी और संत बाबा ब्रह्मनाथ महाराज जी दे पावन अते पवित्र अस्थाना तो पहुंचिया हुई सब श्रद्धालु संगत सारिया संगत सब तो पहला जय गुरुदेव धन गुरुदेव जय भीम जय भारत जय संतान जी। सत्कारयोग संगत जी आदरणीय सत्कारयोग संत कृष्णनाथ महाराज जी के प्रवचना तो बाद जे मैं कुछ अपने वालों कहां ता शायद यह गल तो सूरज नूं दीवा दिखाउण वाली ही हो सकती है पर उन्हां दे विचारां दा जिहड़ा निचोड़ है वह साडे वास्ते मैनूं लग रहा कि मैं अपने आप महसूस कर रहा कि उन्हां दे विचारां दा जिहड़ा निचोड़ है वो कोई राइटर कह रहा साडे वास्ते कि कोई मड़ी मसाणी ना छड़ी ना कोई छड़िया तीर्थ धाम चुक चुक के दोहरा हो गया तू करता हर एक नूं सलाम पर तेरे तक अजे नहीं पहुंचया सतगुरु रविदास महाराज जी का पैगाम ते तेरे तक नहीं अजे पहुंचया बाबा साहब जी का पैगाम क्योंकि जिहड़ी एक वड्डी गल महाराज जी ने कही है अज दे मुबारक मौके ते क्योंकि मेले असीं बड़े देखते हैं वड्डे वड्डे स्थानां ते वड्डियां वड्डियां बिल्डिंगां देखते हैं तरह तरह के लंगर पकवान बनते हुए देखते हैं लखां लोकां दीआं भीड़ां विच हाजिर होंदे हैं उत्थे हाजिर होंदे हैं
ਜਿੱਥੇ ਤੁਹਾਡੇ ਰਹਿਬਰਾਂ ਦੀ ਕੋਈ ਗੱਲ ਵੀ ਕਦੀ ਕੋਈ ਸੁਣਾਉਣ ਨੂੰ ਤਿਆਰ ਨਹੀਂ ਹੁੰਦਾ। ਤੁਹਾਡੇ ਵਾਸਤੇ ਉੱਥੇ ਕੋਈ ਗੱਲ ਨਹੀਂ ਹੁੰਦੀ, ਲੇਕਿਨ ਫਿਰ ਵੀ ਲੱਖਾਂ ਦੀ ਗਿਣਤੀ ਵਿੱਚ ਇਕੱਠੇ ਹੋ ਕੇ ਉਹਨਾਂ ਆਸਾਨਾਂ 'ਤੇ ਨੱਕ ਮਸਤਕ ਹੁੰਦੇ ਹਾਂ, ਲੇਕਿਨ ਅੱਜ ਕਿਸ ਮਕਸਦ ਵਾਸਤੇ ਆਪਾਂ ਇਕੱਠੇ ਹੋਏ ਹਾਂ? ਕਿਉਂਕਿ ਸੌ ਸੌ ਵਾਰੀ ਸਜਦਾ ਕਰਦੇ ਹਾਂ ਇਸ ਧਰਤੀ ਨੂੰ, ਜੇਤੇ ਵਾਲੀ ਨਗਰ ਦੀ ਇਹ ਪਾਵਨ ਪਾਕ ਪਵਿੱਤਰ ਧਰਤੀ, ਜਿੱਥੇ ਲੰਬਾ ਸਮਾਂ ਪਹਿਲਾਂ ਮਹਾਨ ਮਹਾਂਪੁਰਸ਼ਾਂ ਦੇ ਆ ਕੇ ਸੰਗਤਾਂ ਨੂੰ ਆਪਣੀ ਭਗਤੀ ਔਰ ਆਪਣੀ ਸ਼ਕਤੀ ਦੇ ਨਾਲ ਸਮੁੱਚੀ ਮਨੁੱਖਤਾ ਨੂੰ ਨਾਮ ਬਾਣੀ ਦੇ ਨਾਲ ਜੋੜਿਆ, ਸਮਾਜ ਵਾਸਤੇ, ਦੇਸ਼ ਵਾਸਤੇ, ਕੌਮ ਵਾਸਤੇ, ਕੌਮ ਦੀ ਚੜ੍ਹਦੀ ਕਲਾ ਵਾਸਤੇ ਵਿਉਂਤਬੰਦੀਆਂ ਬਣਾਈਆਂ, ਅਤੇ ਉਹਨਾਂ ਨੇ ਹੀ ਪਾਏ ਹੋਏ ਪੂਰਨਿਆਂ ਔਰ ਉਹਨਾਂ ਦੇ ਮਿਸ਼ਨ ਨੂੰ ਮੰਜ਼ਿਲ ਤੱਕ ਪਹੁੰਚਾਉਣ ਵਾਸਤੇ ਆਦਰਣੀ ਸਤਿਕਾਰਯੋਗ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦਿਨ ਰਾਤ ਵੱਡੇ ਉੱਦਮ ਉਪਰਾਲੇ ਕਰ ਰਹੇ ਹੈ, ਜਿਨ੍ਹਾਂ ਦੀ ਹਰ ਗੱਲ ਦੇ ਵਿੱਚ ਕੋਈ ਨਾ ਕੋਈ ਵੱਡਾ ਵਜ਼ਨ ਹੈ। ਲੇਕਿਨ ਮੇਰੇ ਵਰਗੇ ਨਾਚੀਜ਼ ਲੋਕ ਕਈ ਵਾਰੀ ਅਸੀਂ ਉਹਨਾਂ ਦੀਆਂ ਗੱਲਾਂ ਨੂੰ ਸਮਝ ਨਹੀਂ ਸਕਦੇ, ਕਿਉਂਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੀ ਜ਼ਿੰਦਗੀ ਦਾ 151 ਸਾਲ ਦਾ ਸਮਾਂ ਸਾਡੇ ਵਾਸਤੇ ਨਿਸ਼ਾਵਰ ਕਰ ਦਿੱਤਾ। ਅੱਜ ਅਸੀਂ ਆਵਾਜ਼ਾਂ ਮਾਰਦੇ ਹਾਂ। ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਆਪਣੀ ਜ਼ਿੰਦਗੀ ਦਾ 66 ਸਾਲ ਦਾ ਸਮਾਂ ਸਾਡੇ ਜੀਵਨ ਪੱਧਰ ਨੂੰ ਉੱਚਾ ਚੱਕਣ ਵਾਸਤੇ ਲਗਾ ਦਿੱਤਾ। ਅੱਜ ਉਹਨਾਂ ਨੂੰ ਅਸੀਂ ਆਵਾਜ਼ਾਂ ਮਾਰਦੇ ਹਾਂ। ਸਾਹਿਬ ਕਾਂਛੀ ਰਾਮ ਜੀ ਨੇ ਆਪਣਾ ਸਮੁੱਚਾ ਜੀਵਨ ਤੁਹਾਨੂੰ ਮੰਗਤੇ ਤੇ ਪਠਾਰੀਆਂ ਤੋਂ ਰਾਜੇ ਮਹਾਰਾਜੇ ਬਣਾਉਣ ਵਾਸਤੇ ਲਗਾ ਦਿੱਤਾ, ਲੇਕਿਨ ਅਸੀਂ ਗੱਲ ਨਹੀਂ ਮੰਨੀ, ਅਸੀਂ ਅੱਜ ਉਹਨਾਂ ਨੂੰ ਆਵਾਜ਼ਾਂ ਮਾਰਦੇ ਹਾਂ। ਅਗਰ ਅੱਜ ਅਸੀਂ ਸੰਤਾਂ ਮਹਾਂਪੁਰਸ਼ਾਂ ਦੀ ਗੱਲ ਨੂੰ ਨਹੀਂ ਮੰਨਦੇ ਔਰ ਉਹਨਾਂ ਵੱਲੋਂ ਦਰਸਾਏ ਹੋਏ ਸੱਚ ਦੇ ਮਾਰਗ ਨੂੰ ਗ੍ਰਹਿਣ ਨਹੀਂ ਕਰਦੇ ਤਾਂ ਸਮਝ ਲਓ ਸਾਡੀ ਬਦਕਿਸਮਤੀ ਹੈ। ਸੋ ਆਓ, ਕਿਉਂਕਿ ਬੇਸ਼ੱਕ ਪਤਾ ਹੈ ਮੌਸਮ ਜਿਹੜਾ ਮੈਨੂੰ ਲੱਗਦਾ 44-45 ਡਿਗਰੀ ਤਾਪਮਾਨ ਹੈ, ਬੇਸ਼ੱਕ ਜ਼ਿਆਦਾ ਗਰਮੀ ਹੈ, ਲੇਕਿਨ ਜਦੋਂ ਅਸੀਂ ਧਿਆਨ ਕੇਂਦਰਿਤ ਕਰ ਲੈਂਦੇ ਹਾਂ ਆਪਣੇ ਸਤਿਗੁਰਾਂ ਵੱਲ, ਜਦੋਂ ਅਸੀਂ ਚੰਗੀਆਂ ਗੱਲਾਂ ਵੱਲ ਆਪਣਾ ਧਿਆਨ ਕੇਂਦਰਿਤ ਕਰ ਲੈਂਦੇ ਹਾਂ, ਗਰਮੀ ਗਰਮੀ ਕਹਿਣਾ ਛੱਡ ਦਿੰਦੇ ਹਾਂ, ਹਾਏ ਗਰਮੀ ਵੱਲੋਂ ਧਿਆਨ ਹਟਾ ਲੈਂਦੇ ਹਾਂ, ਚੰਗੀਆਂ ਗੱਲਾਂ ਨੂੰ ਅਸੀਂ ਗ੍ਰਹਿਣ ਕਰਦੇ ਹਾਂ, ਤਾਂ ਉਸ ਵੇਲੇ ਸ਼ਾਇਦ ਗਰਮੀ ਦਾ ਪ੍ਰਕੋਪ ਜਿਹੜਾ ਉਹ ਸਾਨੂੰ ਘੱਟ ਨਜ਼ਰ ਆਏਗਾ। ਸੋ ਅੱਜ ਦੇ ਮੁਬਾਰਕ ਮੌਕੇ 'ਤੇ ਡੇਰਾ ਸੰਤ ਬਾਬਾ ਪੂਰਨਾ ਜੀ ਔਰ ਸੰਤ ਬਾਬਾ ਬ੍ਰਹਮਦੱਤ ਮਹਾਰਾਜ ਜੀ ਦੇ ਪਾਵਨ ਅਤੇ ਪਵਿੱਤਰ ਅਸਥਾਨਾਂ ਤੋਂ ਡੇਰੇ ਦੇ ਮੌਜੂਦਾ ਗੱਦੀ ਨਿਸ਼ੇਨ ਪਰਮ ਸਤਿਕਾਰਯੋਗ ਆਦਰਣੀ ਬੰਦਨੀਆਂ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੀ ਯੋਗ ਅਗਵਾਈ ਦੇ ਹੇਠ ਅੰਮ੍ਰਿਤ ਪਾਣੀ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਅੰਦਰ ਜੁੜੀਆਂ ਹੋਈਆਂ ਸਭ ਸੰਗਤਾਂ ਨੂੰ ਅੱਜ ਦੇ ਇਸ ਮੁਬਾਰਕ ਮੌਕੇ ਦੀਆਂ ਸਾਲਾਨਾ ਜੋੜ ਮੇਲੇ ਦੀਆਂ ਲੱਖ ਲੱਖ ਕਰੋੜ ਕਰੋੜ ਵਧਾਈਆਂ ਔਰ ਇਸ ਪਾਵਨ ਧਰਤੀ ਦਾ ਆਪਾਂ ਲੱਖ ਲੱਖ ਕਰੋੜ ਕਰੋੜ ਸ਼ੁਕਰਾਨਾ ਕਰੀਏ। ਸੋ ਸਾਡੇ ਦਰਮਿਆਨ ਸਾਡੇ ਬਹੁਤ ਹੀ ਸਤਿਕਾਰਯੋਗ ਡੇਰਾ ਧੰਨ ਧੰਨ ਸੰਤ ਬਾਬਾ ਪਾਰਸ ਨਾਥ ਮਹਾਰਾਜ ਜੀ ਨੰਗਲ ਖੇੜਾ ਤੋਂ ਮਹਾਨ ਮਹਾਂਪੁਰਸ਼ਾਂ ਦੀ ਆਮਦ, ਸਤਿਕਾਰਯੋਗ ਸੰਤ ਕਹਿਲ ਨਾਥ ਮਹਾਰਾਜ ਜੀ ਔਰ ਉਹਨਾਂ ਦੇ ਹੋਰ ਨਾਲ ਬੇਟੇ ਪਹੁੰਚੇ ਨੇ, ਜੀਆਂ ਆਖਦੇ ਹਾਂ ਜੀ, ਜੈ ਗੁਰਦੇਵ, ਧੰਨ ਗੁਰਦੇਵ। ਸੋ ਸਤਿਕਾਰਯੋਗ ਸਤ ਸੰਗਤ ਜੀ, ਜਿੱਥੇ ਅੱਜ ਆਪਾਂ ਵੱਡੀਆਂ ਖੁਸ਼ੀਆਂ ਮਨਾ ਰਹੇ ਹਾਂ, ਕੁਝ ਸਿੱਖਣ ਦਾ ਉੱਦਮ ਉਪਰਾਲਾ ਕਰ ਰਹੇ ਹਾਂ, ਮੇਰੀ ਬੇਨਤੀ ਆ ਪੰਡਾਲ ਦੇ ਵਿੱਚ ਉਹਨਾਂ ਰਿਸਪੈਕਟਡ ਵੀਰਾਂ ਨੂੰ ਬਾਣੀ ਦਾ ਸਤਿਕਾਰ ਕਰਦੇ ਹੋਏ ਆਪਣੇ ਸਿਰ ਢੱਕਣ ਦੀ ਕਿਰਪਾਲਤਾ ਜ਼ਰੂਰ ਕਰੋ ਜੀ। ਕਿਰਪਾ ਕਰਕੇ ਨੰਗੇ ਸਿਰ ਨਾ ਬੈਠੋ, ਬਾਣੀ ਦਾ ਮਾਣ ਸਨਮਾਨ ਹੋਣਾ ਚਾਹੀਦਾ, ਡਿਸਿਪਲਨ ਦਾ ਹੋਣਾ ਜ਼ਰੂਰੀ ਆ, ਕਿਉਂਕਿ ਜਿਹਨਾਂ ਕੌਮਾਂ ਦੇ ਵਿੱਚ ਡਿਸਿਪਲਨ ਹੁੰਦਾ ਉਹਨਾਂ ਕੌਮਾਂ ਨੂੰ ਤਰੱਕੀ ਦੀਆਂ ਮੰਜ਼ਿਲਾਂ ਵੱਲ ਵਧਣ ਤੋਂ ਕੋਈ ਰੋਕ ਨਹੀਂ ਸਕਦਾ। ਸੋ ਸਤਿਕਾਰਯੋਗ ਸਤ ਸੰਗਤ ਜੀ, ਜਿੱਥੇ ਭਾਈ ਸਾਹਿਬ ਭਾਈ ਪ੍ਰਵੀਨ ਕੁਮਾਰ ਜੀ ਨੇ ਗੁਰਬਾਣੀ ਦਾ ਵਿਗਿਆਨ ਸ਼ਬਦਾਂ ਦੇ ਨਾਲ ਆਪਣੀ ਸੁਰੀਲੀ ਆਵਾਜ਼ ਰਾਹੀਂ ਤੁਹਾਡੇ ਤੱਕ ਸਤਿਗੁਰਾਂ ਦਾ ਪੈਗਾਮ ਪੁੱਜਦਾ ਕੀਤਾ। ਸੋ ਮੇਰੀ ਫਿਰ ਸਨੇਮਨ ਬੇਨਤੀ ਹੈ ਸਾਥੀਓ, ਮਾਇਡ ਨਾ ਕਰਿਓ, ਸਿਰ ਜ਼ਰੂਰ ਟੱਕ ਲਓ, ਸਿਰ ਦੀਆਂ ਬਾਅਦ 'ਚ ਰਹਿ ਜਾਓ, ਸਿਰ ਜ਼ਰੂਰ ਟੱਕੋ ਜੀ। ਸੋ ਮਾਇਡ ਨਾ ਕਰਿਓ, ਰੁਮਾਲ ਜਾਂ ਸਿਰ ਜ਼ਰੂਰ ਟੱਕੋ, ਬਾਣੀ ਦਾ ਸਤਿਕਾਰ ਕਰੋ। ਸੋ ਉੱਥੇ ਨਾਲ ਦੀ ਨਾਲ ਸਾਡੇ ਦਰਮਿਆਨ ਇਸ ਨਗਰ ਦੇ ਵਿੱਚ ਸੰਤਾਂ ਮਹਾਂਪੁਰਸ਼ਾਂ ਦੀ ਕਿਰਪਾ ਦਾ ਸਦਕਾ ਤੁਹਾਨੂੰ ਰੋਜ਼ਾਨਾ ਸੁੱਤੇ ਪਿਆਂ ਨੂੰ ਜਗਾਉਣ ਵਾਲੇ, ਗੁਰਬਾਣੀ ਵੱਲ ਨੂੰ ਤੁਹਾਡਾ ਮਨ ਲਾਉਣ ਵਾਲੇ ਔਰ ਨਿਤਨੇਮ ਰੋਜ਼ਾਨਾ ਗੁਰੂ ਮਹਾਰਾਜ ਜੀ ਦੇ ਨਾਮ ਨਾਲ ਤੁਹਾਨੂੰ ਜੋੜਨ ਵਾਲੇ ਇਸ ਨਗਰ ਤੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨਾਂ ਵਿਖੇ ਡਿਊਟੀ ਨਿਭਾ ਰਹੇ ਸਾਡੇ ਬਹੁਤ ਹੀ ਸਤਿਕਾਰਯੋਗ
डेरा चेहड़ू के हजूरी कीर्तनी भाई साहब भाई मंगत राम महमी वह भी एक शब्द के नाल सांझ पाउणगे उन्होंने सरवण करना है। सो उस तो पहला मैं धन्यवाद करना चाहांगा जेते वाली नगर की समुची ग्राम पंचायत का साबका सरपंच साहब जी का लंबड़दार साहबाना जी का मैंबर पंचायत उन्होंने सारे साथियों का और सारिया नगर दिया संगत ने जिन्होंने अज के मुबारक मौके पर गुरु के लंगर वास्ते गुरु घर दिया सोहनिया सुंदर इमारतों वास्ते समुची संगत वालों 33,000 रुपए दिया सेवावं अर्पित हुई ने जी। सो उन्हें सब परिवारों का सब दानी महापुरशों का डेरा मैनेजमेंट वालों बहुत बहुत धन्यवाद जिन्होंने ये सेवावं अर्पित कीतियां ने। सतगुरु जी कृपा करन सब नूं तरक्की दे मौके प्रदान करके सब लोग जिंदगी के हर खेत्र में अगे वधन उन्हें सारियां का बहुत बहुत धन्यवाद। संगत जी मेला तो अज लगना लेकिन महापुरशों की कितनी उसारू सोच होएगी कि जिन्हां महान रहबरां ने इस पावन अस्थाना से संगतां नूं नाम बाणी दे नाल जोड़िया उस अस्थाना से रोजाना मेला लगा रहे लगभग 400-500 बच्चा इस सतगुरु रविदास पब्लिक स्कूल दे विच पढ़न वास्ते आउंदा है। समय समय से टीचर साहबान प्रिंसीपल साहबान साढ़े दरम्यान मानयोग तलसी साहब जी शहर हाजी लवा के चले गए ने जां बैठे ने उन्हां दा वी धन्नवाद और स्कूल दे एक्स प्रिंसीपल साहब मानयोग BL तलसी जी बहुत बहुत धन्नवाद ते इस स्कूल नूं बुलंदियां ते लजाण वाले साढ़े बहुत ही सत्कारयोग प्रिंसीपल साहबां मैडम हरदीप कौर जी उन्होंने समुचा स्कूल स्टाफ बिल्कुल अज इन सेवावान संगत दर्शन दिदारी दे रहे हैं। प्रिंसीपल साहब के उन्होंने समुचे स्टाफ मैंबरस का भी डेरा मैनेजमेंट वालों बहुत बहुत धन्यवाद। संगत जी अज की तरीक के भी क्योंकि 4-5 महीने हो गए हैं जिते महाराज जी ने बच्चों की सहूलत वास्ते नगर की सहूलत वास्ते क्योंकि नगर निवासियों का जिते असं धन्यवाद करते हाँ उते ये बेनती भी करते हाँ कि यह स्कूल तुहाडा अपना स्कूल है और इस स्कूल की शोभा चार चंद लाने इस बुलंदियों से पहुँचा तुहाडे सहयोग तो बगैर एक कार्य असी निपरे नहीं चढ़ सकते। अज की तरीक के भी क्योंकि 5 महीने हो गए हैं जिते नवी स्पेस नवी जगह बच्चों के ग्राउंड वास्ते बसा की जरूरत वास्ते खरीदी गई है उत्तर नवी बिल्डिंग होर बनाई जा रही होर कमर की उसारी आदरणीय सत्कारयोग संत कृष्ण नाथ महाराज जी के दिशा निर्देश अनुसार बिल्डिंग के कार्य चल रहे हैं। लखां रुपए का जिहड़ा सहयोग डेरे वालों महाराज जी कर रहे हैं और आओ आप रल मिल के इस विद्या के मंदिर को अगे ले जाने वास्ते अपना योगदान पाइए। सो बहुत बहुत धन्यवाद उन्होंने बीबिया का भी जिहड़ियां इस सालाना जोड़ मेले दी रौनकां नूं वधा के डिसिप्लिन दे नाल बैठियां ने। Thank you.
तिना शब्दों मन चला के
बड़े गौर के नाल बड़े ध्यान के नाल ग्रहण किया होगा, सरवण किया हो। बाबा जी तो बाद भाई साहब भाई मनंदरा मेहंदी जी वो भी आपके नाल शब्द के संग आएंगे, तो गुरमुख प्यारो की आप जी के चरणों की बेनती है। मास्टर मनोचंद जी जाड़े वाले कुछ समा पहला एक विचार देंदे सन भी एक नन्हे मेले चो खटियां राम नाम दियां खटियां एक सब कुछ खो बैठे डाकू लुट के लै गए खटियां जुलमां दे सौदे चो घर घर पै गया सरे दुलारे दुनिया के मेले चो आकर विछड़ जाएंगे सारे। गुरुचंद जी विचार अक्सर हर स्टेज पर करया करते सन जिथे बाबा जी का यह तपो स्थान या कुछ समा पहला इतने स्कूल की प्रारंभता की है। आप जी को जरूर ये याद होगा कि जो किसी भी स्कूल के जिन्हें भी बच्चे पढ़न आते हैं शिक्षा लैन वास्ते आते हैं शिक्षा ग्रहण कर आते हैं कई प्रार्थना करने के बाद बच्चे आपो अपनी क्लासों रेंदे ने बैठन तो उपरंत वो बच्चे उन्ना चर अपन विचार दलीलों के गलों के रुझ जाते हैं जिन्ना चर वो कमरे के उस क्लास के टीचर नहीं आता वो अपन दलीलों के विचार रुझे रेंदे ने अपने ख्याल रुझे रेंदे ने और अपने विचार जारी रखते हैं जिन्ना चर वो क्लास के उस रूम के टीचर नहीं आता। लेकिन जो क्लास के उस रूम के उस कमरे के जो टीचर हाजिर हो गया तो फिर उन्होंने दुनियावी विचार दलीलों गलों बातों के ख्याल वो सारे बंद हो जाते हैं तो फिर टीचर जोड़ा वो गाइडलाइन दिशा निर्देश डायरेक्शन देता टीचर फिर समझा करता तो फिर बच्चे उन्होंने एक्सैप्ट करते हैं ग्रहण करते हैं सुनते हैं तो सबन करते अपना सारिया का जोड़ा टीचर है वो धन गुरु रविदास जी है ਉਹੀ ਸਾਡੇ ਹੈੱਡ ਟੀਚਰ ਆ ਅਤੇ ਉਹੀ ਸਾਡੇ ਪ੍ਰਿੰਸੀਪਲ ਆ ਅਤੇ ਉਹੀ ਸਾਡੇ ਰਹਿਬਰ ਆ ਉਹੀ ਸਾਡੇ ਪੈਗੰਬਰ ਆ। ਤੋਂ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਵੀ ਹੋਈ ਅੰਮ੍ਰਿਤਮਈ ਬਾਣੀ ਦਾ ਪ੍ਰਕਾਸ਼ ਹੈ ਅਤੇ ਜਦੋਂ ਹੁਣ ਪ੍ਰਕਾਸ਼ ਹੋ ਗਿਆ ਬਾਣੀ ਦਾ ਗਾਇਨ ਚੱਲ ਰਿਹਾ ਤਾਂ ਫਿਰ ਸ਼ਿਕਸ਼ਾ ਲੈਣ ਵਾਲੇ ਵਿਦਿਆਰਥੀ ਹੈ ਉਹ ਅੱਗੇ ਪਿੱਛੇ ਅਤੇ ਇੱਧਰ ਉੱਧਰ ਦੌੜਨੇ ਭੱਜਣੇ ਨਹੀਂ ਚਾਹੀਦੇ ਇੱਧਰ ਉੱਧਰ ਦੌੜਨੇ ਭੱਜਣੇ ਨਹੀਂ ਚਾਹੀਦੇ ਅਤੇ ਜੇ ਇੱਧਰ ਉੱਧਰ ਦੌੜਾਂ ਭੱਜਾਂਗੇ ਤਾਂ ਗੁਰਮੁਖ ਪਿਆਰਿਓ ਫਿਰ ਜ਼ਰੂਰ ਟੀਚਰ ਕੋਈ ਨਾ ਕੋਈ ਡਾਂਟੇਗਾ ਝਿੜਕ ਪਾਏਗਾ ਜਾਂ ਉਹ ਟੀਚਰ ਮਹਿਸੂਸ ਕਰੇਗਾ ਅਨੁਭਵ ਕਰੇਗਾ ਵੀ ਇਹ ਬੱਚੇ ਹਜੇ ਤੱਕ ਸਕੂਲ ਦੇ ਇੰਟਰ ਕਿਉਂ ਨਹੀਂ ਹੋਏ ਇਹ ਆਪਣੀ ਕਲਾਸ ਦੇ ਵਿੱਚ ਕਿਉਂ ਨਹੀਂ ਪਹੁੰਚੇ ਕਾਰਨ ਕੀ ਹੈ ਵਜ੍ਹਾ ਕੀ ਹੈ ਰੀਜ਼ਨ ਕੀ ਹੈ ਤੋ ਗੁਰਮੁਖ ਪਿਆਰਿਓ ਤੁਹਾਡੇ ਚਰਨਾਂ 'ਚ ਬੇਨਤੀ ਹੈ ਠੀਕ ਹੈ ਵੀ ਗਰਮੀ ਦਾ ਸਮਾਂ ਹੈ ਗਰਮੀ ਦਾ ਸਮਾਂ ਆ ਸਾਰਿਆਂ ਨੂੰ ਛਾਂ ਦੀ ਲੋੜ ਹੈ ਕਮਰੇ ਦੀ ਲੋੜ ਆ ਬਰਾਂਡੇ ਦੀ ਲੋੜ ਆ ਪੱਖੇ ਦੀ ਲੋੜ ਆ ਸੁੱਖ ਸਹੂਲਤ ਦੀ ਲੋੜ ਹੈ ਪਰ ਜਦ ਸਾਡਾ ਉਸਤਾਦ ਸਾਡਾ ਟੀਚਰ ਉਹ ਪੰਡਾਲ 'ਚ ਹੈ ਤਾਂ ਅਸੀਂ ਖੱਲੀ ਬੱਲੀ ਖਾਂ ਮੰਨ ਲਓ ਵੀ ਜੇ ਇਹ ਸ਼ਮਿਆਨਾ ਲਾਇਆ ਆ ਮੈਕ ਵਿਛਾਏ ਕਾਹਦੇ ਵਾਸਤੇ ਇਹ ਤਾਂ ਹੁਣ ਦੱਸਣ ਦੀ ਲੋੜ ਨਹੀਂ ਸਮਝਾਉਣ ਦੀ ਲੋੜ ਨਹੀਂ ਕਹਿਣ ਦੀ ਲੋੜ ਨਹੀਂ
ਤੇ ਜੇ ਇਹ ਜਿਹੜੇ ਬੈਠਿਆ ਜਾਂ ਸ਼ਮਿਆਨਾ ਆ ਜਾਂ ਇਹ ਪੰਡਾਲ ਲਾਇਆ ਤੇ ਜੇ ਇਹ ਲਾਏ ਦੇ ਵਿੱਚ ਕੱਲਾ ਟੀਚਰ ਹੀ ਰਹਿ ਕੇ ਚਲੇ ਗਿਆ ਤਾਂ ਫਿਰ ਸਾਡੀ ਸਾਰਿਆਂ ਦੀ ਬਲ ਕਿਸਮਤ ਹੈ। ਸਮਝ ਲਓ ਵੀ ਸਾਨੂੰ ਗਾਈਡਲਾਈਨ ਦਿਸ਼ਾ ਨਿਰਦੇਸ਼ ਡਾਇਰੈਕਸ਼ਨ ਲੈਣ ਦੀ ਟੀਚਰ ਤੋਂ ਯੋਗਤੀ ਨਹੀਂ ਆਈ। ਇੱਥੋਂ ਪਤਾ ਲੱਗਾ ਵੀ ਸਾਡਾ ਕੋਈ ਬਾਲੀ ਵਾਸ, ਸਾਡਾ ਕੋਈ ਖਾਸਮ, ਸਾਡਾ ਕੋਈ ਉਸਤਾਦ, ਸਾਡਾ ਕੋਈ ਟੀਚਰ ਅਤੇ ਸਾਨੂੰ ਕੋਈ ਗਾਈਡਲਾਈਨ ਵਾਲਾ ਦੇਣ ਵਾਲਾ ਲਗਭਗ ਹਜੇ ਸਾਨੂੰ ਮਿਲਿਆ ਨਹੀਂ, ਸਾਨੂੰ ਸੇਧ ਨਹੀਂ ਮਿਲੀ। ਤੋ ਮੈਂ ਦੇਖਦਾ ਕੁਝ ਉੱਧਰ ਦੌੜੇ ਭੱਜੇ ਫਿਰਦੇ ਆ, ਕੁਝ ਇੱਧਰ ਦੌੜੇ ਭੱਜੇ ਫਿਰਦੇ ਆ ਅਤੇ ਕੁਛ ਪਿੱਛੇ ਕਬੈਠੇ ਆ। ਤੋ ਭਾਵ ਗੁਰਮੁਖ ਪਿਆਰਿਓ ਵੀ ਇਹ ਪੰਡਾਲ ਕਾਹਦੇ ਵਾਸਤੇ ਲਾਇਆ, ਇਹ ਸ਼ਮਿਆਨਾ ਕਾਹਦੇ ਵਾਸਤੇ ਲਾਇਆ। ਬਈ ਕੋਈ ਇਹਨਾਂ ਦੀ ਗੱਲ ਨਹੀਂ, ਰਾਗੀਆਂ ਢਾਡੀਆਂ ਨੇ, ਕੀਰਤਨੀ ਜਥਿਆਂ ਨੇ, ਉਹਨਾਂ ਨੇ ਆਪਣੀ ਡਿਊਟੀ, ਆਪਣੀ ਸੇਵਾ, ਆਪਣੀ ਜੋਬ ਕਰਕੇ ਚਲੇ ਜਾਣਾ। ਇਹ ਥੋੜੀਆਂ ਘੜੀਆਂ ਨੇ, ਥੋੜਾ ਪਲ ਆ, ਥੋੜਾ ਸਮਾਂ ਆ, ਇਹਦੇ ਵਿੱਚੋਂ ਹੀ ਕੁਝ ਨਾ ਕੁਝ ਆਨੰਦ ਅਤੇ ਕੁਝ ਨਾ ਕੁਝ ਲਾਹਾ ਪ੍ਰਾਪਤ ਕਰਨਾ, ਲਾਹਾ ਖੱਟਣਾ। ਅਤੇ ਫਿਰ ਬਾਅਦ 'ਚ ਕਹਿੰਦੇ ਆ ਮੇਰੇ ਲੇਖ ਮਾੜੇ, ਮੇਰੀ ਕਿਸਮਤ ਮਾੜੀ, ਮੇਰੇ ਭਾਗ ਮਾੜੇ, ਇਤਿਹਾਸਕ ਵਗੈਰਾ ਵਗੈਰਾ। ਮਗਰੋਂ ਆਪਣੇ ਮਨ ਨੂੰ ਕੋਸਣ ਦੀ ਬਜਾਏ, ਆਪਣੇ ਮਨ ਨੂੰ ਡਾਂਟਣ ਦੀ ਬਜਾਏ, ਆਪਣੇ ਮਨ ਦੇ ਉੱਤੇ ਝਾਤ ਮਾਰੋ ਬਈ ਹੁਣ ਖਿਆਲ ਕਰਨਾ, ਧਿਆਨ ਦੇਣਾ, ਤੁਸੀਂ ਮਾਇਨੇ ਨਹੀਂ ਕਿਸੇ ਨੇ ਕਰਨਾ। ਜਦੋਂ ਕੋਈ ਕਾਨਫਰੰਸ ਹੁੰਦੀ ਹੈ ਨਾ, ਕੋਈ ਰੈਲੀ ਹੁੰਦੀ ਹੈ, ਕੋਈ ਕਾਨਫਰੰਸ ਹੋਵੇ, ਕੋਈ ਰੈਲੀ ਹੋਵੇ, ਕੋਈ ਪ੍ਰੋਟੈਸਟ ਹੋਵੇ, ਤੇ ਪਹਿਲਾਂ ਪਬਲਿਕ ਜਾਂਦੀ ਹੈ, ਪਹਿਲਾਂ ਪਬਲਿਕ ਜਾਂਦੀ ਆ। ਜੇ ਦੇਖਿਆ ਵੀ ਪ੍ਰਬੰਧ ਕਰਨ ਵਾਲਿਆਂ ਨੂੰ ਵੀ ਜੇ ਪਬਲਿਕ ਕੁਝ ਘੱਟ ਫੁੱਟ ਆ ਰਹੀ ਆ, ਗੈਦਰੇਜ ਘੱਟ ਆ, ਤੇ ਪਬਲਿਕ ਦੀ ਇੱਛਾ ਦੇ ਮੁਤਾਬਕ ਉਦੋਂ ਦਾ ਸਿੰਗਰ ਤੇ ਕਲਾਕਾਰ ਬਣਾ ਲੈਂਦੇ ਆ, ਰਸ਼ ਪਾਉਣ ਲਈ, ਭੀੜ ਦਿਖਾਲਣ ਲਈ। ਤੋ ਕਲਾਕਾਰ ਦਾ ਸਹਾਰਾ ਲੈ ਕੇ ਤਾਂ ਫਿਰ ਉੱਥੇ ਰਸ਼ ਵਧਾਇਆ ਜਾਂਦਾ, ਗੈਦਰੇਜ ਵਧਾਈ ਜਾਂਦੀ, ਤੇ ਉੱਥੇ ਜਿਹੜੇ ਛੋਟੇ ਮੋਟੇ ਜਿਹੜੇ ਆ ਲੀਡਰ ਆ, ਉਹ ਆਪੋ ਆਪਣੀਆਂ ਦਲੀਲਾਂ ਤੇ ਵਿਚਾਰ ਦਿੰਦੇ ਆ। ਜਿਹੜਾ ਮੇਨ ਲੀਡਰ ਹੈ ਉਹ ਬਾਏ ਏਅਰ ਆਉਂਦਾ, ਭਾਵ ਹੈਲੀਕਾਪਟਰ ਰਾਹੀਂ ਆਉਂਦਾ, ਤੇ ਸਟੇਜ ਦੇ ਪਿੱਛੇ ਉਹਦਾ ਜਹਾਜ਼ ਉਤਰਦਾ, ਹੈਲੀਪੈਡ ਬਣਦਾ, ਉਹ ਪਿੱਛੇ ਉਹਦੀ ਆ ਕੇ ਸਟੇਜ ਤੇ ਚੜ੍ਹਦਾ ਤੇ ਆਪਣੇ ਵਿਚਾਰ ਦੇ ਕੇ ਸਾਰਿਆਂ ਤੋਂ ਮਗਰੋਂ ਆਉਂਦਾ, ਤੇ ਸਭ ਤੋਂ ਪਹਿਲਾਂ ਸਟੇਜ ਦੇ ਪਿੱਛੇ ਉਹਦੀ ਉਹ ਵਾਪਸ ਆਪਣੇ ਹੈਲੀਪੈਡ ਤੇ ਪਹੁੰਚ ਕੇ ਤਾਂ ਆਪਣੇ ਹੈਲੀਕਾਪਟਰ ਰਾਹੀਂ ਉੱਡ ਕੇ ਵਾਪਸ ਚਲੇ ਜਾਂਦਾ। ਆਪ ਜੀ ਨੂੰ ਇਹ ਖੁਸ਼ੀ ਹੋਏਗੀ ਕਿ ਸਾਡਾ ਜਿਹੜਾ ਲੀਡਰ ਆ, ਜਿਹੜਾ ਸਾਡਾ ਉਸਤਾਦ ਆ, ਸਾਡਾ ਟੀਚਰ ਆ, ਸਾਡਾ ਗੋਡ ਆ, ਸਾਡਾ ਪਰਮਾਤਮਾ, ਸਾਡਾ ਸਤਿਗੁਰੂ ਹੈ, ਔਰ ਉਹਦੇ ਰਸਨਾਂ ਤੋਂ ਉਚਾਰਨ ਕੀਤੀ ਹੋਈ ਬਾਣੀ ਉਹ ਸਭ ਤੋਂ ਪਹਿਲਾਂ ਪੰਡਾਲ 'ਚ ਆਉਂਦੀ ਹੈ। ਉਹਦਾ ਪਹਿਲਾ ਪ੍ਰਕਾਸ਼ ਹੁੰਦਾ ਚਾਹੇ ਗੁਰੂ ਗ੍ਰੰਥ ਸਾਹਿਬ ਦਾ ਹੋਵੇ। ਤੋ ਪਬਲਿਕ ਸੰਗਤ ਬਾਅਦ 'ਚ ਆਉਂਦੀ ਹੈ, ਸੰਗਤ ਪ੍ਰਸ਼ਾਦ ਲੈ ਕੇ ਚਾਹ ਪਕੌੜੇ ਛੱਕ ਕੇ ਜਾਂ ਲੰਗਰ ਪਾਣੀ ਛੱਕ ਕੇ ਜਾਂ ਦੇਗ ਲੈ ਕੇ ਪਹਿਲਾਂ ਜਾਂਦੀ ਹੈ, ਲੇਕਿਨ ਸਤਿਗੁਰੂ ਬਾਅਦ 'ਚ ਰਵਾਨਾ ਹੁੰਦੇ ਆ। ਇਹ ਸਾਨੂੰ ਸਮਝਣਾ ਪਏਗਾ, ਸੋਚਣਾ ਪਏਗਾ ਵੀ ਸਾਡੀ ਬੁੱਧੀ ਕਿੰਨੀ ਕੁ ਕੰਮ ਕਰਦੀ ਹੈ, ਸਾਡਾ ਬ੍ਰੇਨ ਕਿੰਨਾ ਕੁ ਕੰਮ ਕਰਦਾ। ਤੋ ਮੈਂ ਬੇਨਤੀ ਕਰਦਾ ਬੀਬੀਆਂ ਨੂੰ ਵੀ ਠੀਕ ਹੈ, ਤੁਸੀਂ ਪਿੱਛੇ ਬੈਠੇ ਆ, ਬਹੁਤ ਚੰਗੀ ਗੱਲ ਹੈ, ਸਜੋਏ ਆ, ਅੱਛੀ ਗੱਲ ਆ, ਪਰ ਪਿੱਛੇ ਤਾਂ ਸਾਡੇ ਦਾਦੇ ਬਾਬੇ ਪੜਦਾਦੇ ਲੱਕੜ ਦਾਦੇ ਨੇ ਬੈਠੇ ਆਏ ਆ, ਸਾਡੇ ਦਾਦੇ ਬਾਬੇ ਪੜਦਾਦੇ ਲੱਕੜ ਦਾਦੇ ਬੈਠੇ ਆਏ ਆ ਔਰ ਵਿਹਲੇ ਰਹੇ ਆ, ਉਹਨਾਂ ਨੂੰ ਕਿਸੇ ਨੇ ਅੱਗੇ ਆਉਣ ਲਈ ਕਿਹਾ ਹੀ ਨਹੀਂ। ਸਾਨੂੰ ਤਾਂ ਦਰੀਆਂ ਝਾੜਨ ਵਾਲੇ, ਦਰੀ ਚੌਕ ਵਾਲੇ ਰੱਖਿਆ, ਦਰੀਆਂ ਝਾੜਨ ਵਾਲੇ ਰੱਖਿਆ। ਜੇ ਅੱਜ ਸਤਿਗੁਰ ਨੇ ਕਿਰਪਾ ਕੀਤੀ ਹੈ, ਕਿਰਾਇਆ ਖਰਚਿਆ, ਦਿਹਾੜੀ ਤੋੜੀ ਹੈ, ਦਿਹਾੜੀ ਭੰਨੀ ਆ, ਇੰਨੀ ਗਰਮੀ 'ਚ ਕਾਰ ਵਿਹਾਰ, ਕੰਮ ਕਾਰ, ਧੰਦੇ ਛੱਡ ਕੇ ਜੇਕਰ ਆਏ ਆ,
ਤੇ ਜੇ ਇਧਰ ਉਧਰ ਹੀ ਘੁੰਮ ਫਿਰ ਕੇ ਆਪਣੇ ਡੱਲੂਆਂ ਦਾ ਤੇ ਪਰਸਾਂ ਦਾ ਤਾਂ ਲਫਾਫਿਆਂ ਦਾ ਹੀ ਧਿਆਨ ਚਿੱਤ ਚ ਰਿਹਾ ਤਾਂ ਫਿਰ ਆ ਉਸਤਾਦ ਦਾ ਖਸਮ ਦਾ ਮੁਰਸ਼ਦ ਦਾ ਸਤਿਗੁਰੂ ਦਾ ਇਹਦਾ ਖਿਆਲ ਕਦੋਂ ਆਊਗਾ? ਬਾਣੀ ਆਪਾਂ ਗੁਰਾਂ ਦੀ ਬਾਣੀ ਗਾਉਣੀ ਹੈ, ਗੁਰਾਂ ਦੇ ਵਚਨਾਂ ਦੇ ਗੁਰਾਂ ਦੇ ਬੋਲਾਂ ਨੂੰ ਔਰ ਗੁਰਾਂ ਦੇ ਵਿਚਾਰਾਂ ਨੂੰ ਆਪਾਂ ਸਾਰਿਆਂ ਨੇ ਸਾਂਝੀਆਂ ਕਰਨਾ, ਸੰਗਤ ਕਰਨਾ ਔਰ ਸਾਡਾ ਆਪਣਾ ਨਿੱਜੀ ਫਰਜ਼ ਬਣਦਾ। ਤੇ ਆਪਾਂ ਗੁਰਪੁਰਬ ਹਰ ਸਾਲ ਮਨਾਉਂਦੇ ਹਾਂ, 643ਵਾਂ ਐਤਕੀ ਪ੍ਰਕਾਸ਼ ਦਿਹਾੜਾ ਮਨਾਇਆ। ਇੱਥੋਂ ਪਤਾ ਲੱਗਦਾ ਕਿ ਸਾਨੂੰ ਹਜੇ ਬੈਠਣਾ ਹੀ ਨਹੀਂ ਆਇਆ। ਗੁਰਮੁਖ ਪਿਆਰਿਓ, ਪਹਿਲਾਂ ਬੈਠਣਾ ਪਤਾ ਲੱਗੂਗਾ, ਬੈਠਾਂਗੇ ਤਾਂ ਜੇਕਰ ਸੰਗਤ ਕਰਾਂਗੇ ਜਾਂ ਅਸੀਂ ਸੇਧ ਲਵਾਂਗੇ ਫਿਰ ਸਾਨੂੰ ਪਤਾ ਲੱਗੂਗਾ ਵੀ ਅਸੀਂ ਸੰਗਤ ਦੇ ਵਿੱਚ ਜਾ ਕੇ ਬੈਠਣਾ ਕਿੱਦਾਂ। ਫਿਰ ਉੱਥੋਂ ਪਤਾ ਲੱਗੇਗਾ ਵੀ ਸਾਨੂੰ ਉੱਥੋਂ ਦੱਸਿਆ ਕੀ ਜਾਊਗਾ, ਉੱਥੋਂ ਸਮਝਾਇਆ ਕੀ ਜਾਊਗਾ ਅਤੇ ਅਸੀਂ ਸਮਝਣਾ ਕਿੱਦਾਂ ਅਤੇ ਸਮਝਣ ਤੋਂ ਬਾਅਦ ਉਹਦੇ 'ਤੇ ਚੱਲਣਾ ਕਿੱਦਾਂ ਔਰ ਚੱਲਣ ਤੋਂ ਬਾਅਦ ਉਹਨੂੰ ਮੰਨਣਾ ਕਿੱਦਾਂ। ਇਹ ਅਗਲੀਆਂ ਆਪਸ਼ਨਾਂ ਹੈਗੀਆਂ ਨੇ। ਧੰਨਵਾਦ ਹੈ ਜਿਨ੍ਹਾਂ ਨੇ ਦਾਸ ਜੀ ਇਹ ਵਿਚਾਰ ਨੂੰ, ਇਹ ਦਲੀਲ ਨੂੰ ਪ੍ਰਵਾਨ ਕੀਤਾ। ਹਜੇ ਵੀ ਕੁਝ ਪ੍ਰਾਣੀ ਹੈਗੇ ਨੇ, ਹਜੇ ਵੀ ਕੁਝ ਸ਼ਰਧਾਲੂ ਹੈਗੇ ਨੇ, ਹਜੇ ਵੀ ਕੁਝ ਪੈਰੋਕਾਰ ਹੈਗੇ ਨੇ, ਹਜੇ ਵੀ ਕੋਈ ਅਨੁਯਾਈ ਹੈਗੇ ਨੇ, ਹਜੇ ਵੀ ਭਗਤ ਜਨ ਕੋਈ ਨਾ ਕੋਈ ਹੈਗੇ ਨੇ ਜਿਹੜੇ ਕਿ ਗੁਰਮੁਖ ਪਿਆਰਿਓ ਜਲ ਪਾਨ, ਚਾਹ ਪਾਣੀ, ਲੰਗਰ ਪਾਣੀ, ਪਕੌੜੇ ਇਹਦੇ ਆਪ ਛੱਕ ਕੇ ਔਰ ਉਹ ਹਜੇ ਇੱਧਰ ਉੱਧਰ ਘੁੰਮ ਫਿਰ ਰਹੇ ਨੇ। ਅਤੇ ਗੁਰਮੁਖ ਪਿਆਰਿਓ, ਅਸੀਂ ਕੋਈ ਸਰਾਫ ਨਹੀਂ ਦੇਣ ਆਏ, ਨਹੀਂ, ਅਸੀਂ ਆਪ ਦੀ ਸੰਗਤ ਕਰਨ ਵਾਸਤੇ ਆਏ ਹਾਂ, ਆਪ ਦੀ ਕੋਈ ਵਿਚਾਰ ਗੋਸ਼ਟੀ ਸੁਣਨ ਵਾਸਤੇ ਆਏ ਹਾਂ, ਆਪ ਦੇ ਖਿਆਲਾਂ ਨੂੰ ਸਰਵਣ ਕਰਨ ਵਾਸਤੇ ਆਏ ਹਾਂ, ਆਪ ਦੇ ਸਾਹਮਣੇ ਕੋਈ ਰਾਗੀ ਢਾਡੀ ਸੰਤ ਜਨ ਉਹਨਾਂ ਨੂੰ ਅਸੀਂ ਮੰਚ 'ਤੇ ਬੁਲਾਵਾਂਗੇ, ਉਹਨਾਂ ਦੇ ਵਿਚਾਰ ਆਪਾਂ ਸੁਣਨ ਵਾਸਤੇ ਆਏ ਹਾਂ। ਕਈ ਵਾਰ ਮੰਚ ਤੋਂ ਸਟੇਜਾਂ 'ਤੇ ਸੁਣਨ ਨੂੰ ਮਿਲਦਾ, ਜਦੋਂ ਕਿਤੇ ਨਾ ਪਬਲਿਕ ਸੰਗਤ ਆਊਟ ਆਫ ਕੰਟਰੋਲ ਹੋ ਜਾਂਦੀ ਹੈ ਅਤੇ ਕਈ ਵਾਰੀ ਬੈਕ ਪਕੜ ਕੇ ਸੈਕਟਰੀ ਕਹਿੰਦਾ ਕੋਈ ਗੱਲ ਨਹੀਂ ਫਿਰ ਪਾਓ ਰੌਲਾ, ਜਿੰਨਾ ਮਰਜ਼ੀ ਰੌਲਾ ਪਾਓ ਅਤੇ ਫਿਰ ਜੇ ਰੌਲਾ ਪਾਉਂਦੇ ਤਾਂ ਰੌਲਾ ਹੀ ਪੱਲੇ ਪਏਗਾ। ਨਹੀਂ, ਅਸੀਂ ਕੋਈ ਸਰਾਪ ਥੋੜ੍ਹਾ ਦੇਣਾ ਜੇ ਰੌਲਾ ਹੀ ਪੱਲੇ ਪਏਗਾ। ਨਹੀਂ, ਜੇ ਰੌਲਾ ਪਾਉਂਦੇ ਹਾਂ ਉਹਨਾਂ ਨੂੰ ਬੇਨਤੀ ਕਰਾਂਗੇ, ਬੜੇ ਪਿਆਰ ਸਤਿਕਾਰ ਨਾਲ ਹੱਥ ਜੋੜ ਕੇ ਰਿਕੁਐਸਟ ਕਰਾਂਗੇ ਵੀ ਪਲੀਜ਼ ਆਓ, ਵੀ ਗੁਰੂ ਦੀ ਗੋਦ 'ਚ ਬੈਠੋ, ਸਤਿਗੁਰੂ ਦੀ ਗੋਦ 'ਚ ਬੈਠੋ, ਸਤਿਗੁਰਾਂ ਦੇ ਚਰਨਾਂ 'ਚ ਬੈਠੋ, ਇੱਕ ਸੰਗਤ ਦੇ ਰੂਪ 'ਚ ਬੈਠੋ। ਕਿਉਂਕਿ ਸਤਿਗੁਰ ਅਰਦਾਸ ਮਹਾਰਾਜ ਨੇ 14ਵੀਂ ਸਦੀ 'ਚ ਐਵੇਂ ਨਹੀਂ ਇਹ ਵਿਚਾਰ ਪ੍ਰਗਟ ਕਰਦੇ ਕਿ ਸੱਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਾਧੋ ਕੋ ਵਕੀਰਾ। ਭਾਵ ਸਾਨੂੰ ਠੀਕ ਹੈ ਕਬੀਲਦਾਰੀ ਕਰਨੀ ਹੈ, ਦੁਨਿਆਵੀ ਵਿਚਾਰ ਚਰਚਾ ਕਰਨੀ ਹੈ, ਦੁਨਿਆਵੀ ਖਿਆਲ ਕਰਨੇ ਹੈ, ਲੇਕਿਨ ਇਹ ਕਰਨੇ ਜ਼ਰੂਰ ਹੈ। ਇਹਨਾਂ ਦਾ ਵੀ ਸਮਾਂ ਆ, ਇਹਨਾਂ ਦਾ ਵੀ ਸਮਾਂ ਆ, ਔਰ ਇਹ ਵੀ ਵਿਚਾਰ ਗੋਸ਼ਟੀ ਸਮੇਂ ਸਿਰ ਹੋ ਜਾਣੀ ਚਾਹੀਦੀ ਹੈ। ਪਰ ਜਦੋਂ ਭਾਵ ਇਹ ਕਲਾਸ ਗੁਰੂ ਦੀ ਲੱਗੀ ਹੈ ਤਾਂ ਫਿਰ ਸਾਨੂੰ ਸਾਰਿਆਂ ਨੂੰ ਵਿਦਿਆਰਥੀ ਬਣ ਕੇ ਸ਼ਿਕਸ਼ਾ ਲੈਣ ਵਾਸਤੇ ਸਾਨੂੰ ਆਪਣੇ ਗੁਰੂ ਦੀ ਗੋਦ 'ਚ ਆਉਣਾ ਚਾਹੀਦਾ, ਸਤਿਗੁਰ ਦੇ ਚਰਨਾਂ 'ਚ ਆਉਣਾ ਚਾਹੀਦਾ, ਔਰ ਇੱਥੋਂ ਕੋਈ ਨਾ ਕੋਈ ਗਾਈਡਲਾਈਨ, ਦਿਸ਼ਾ ਨਿਰਦੇਸ਼, ਡਾਇਰੈਕਸ਼ਨ ਪ੍ਰਾਪਤ ਕਰਨੀ ਚਾਹੀਦੀ ਹੈ ਔਰ ਅਸੈਪਟ ਕਰਨੀ ਚਾਹੀਦੀ ਹੈ। ਮੀਡੀਆ ਦਾ ਧੰਨਵਾਦ, ਸੰਗਤ ਦਾ ਧੰਨਵਾਦ, ਪੈਰੋਕਾਰ ਸ਼ਰਧਾਲੂਆਂ ਦਾ ਧੰਨਵਾਦ, ਬੀਬੀਆਂ ਭੈਣਾਂ ਮਾਤਾਵਾਂ ਬਜ਼ੁਰਗ ਬੱਚਿਆਂ ਦਾ ਧੰਨਵਾਦ, ਸੇਵਾਦਾਰਾਂ ਦਾ ਧੰਨਵਾਦ, ਸਾਰੀ ਸੰਗਤ ਦਾ ਧੰਨਵਾਦ, ਰਾਗੀਆਂ ਢਾਡੀਆਂ ਕਥਾ ਵਾਚਕ ਦਾ ਔਰ ਜਿੰਨੇ ਵੀ ਪਤਵੰਤੇ ਸੱਜਣ ਆ, ਬੁੱਧੀਜੀਵੀ ਵਿਦਵਾਨ ਆ, ਉਹਨਾਂ ਦਾ ਮਹਾਨ ਮਹਾਂਪੁਰਸ਼ਾਂ ਦਾ ਧੰਨਵਾਦ, ਸੰਤਾਂ ਮਹਾਂਪੁਰਸ਼ਾਂ ਦਾ ਧੰਨਵਾਦ ਜਿਹੜੇ ਦੂਰੋਂ ਨੇੜਿਓਂ ਚੱਲ ਕਰਕੇ ਆਪੋ ਆਪਣੇ ਅਸਥਾਨਾਂ ਤੋਂ ਅੱਜ ਇਸ ਸਮਾਗਮ ਵਿੱਚ ਸ਼ਿਰਕਤ ਕਰ ਰਹੇ ਨੇ, ਉਹਨਾਂ ਸਾਰਿਆਂ ਦਾ ਧੰਨਵਾਦ, ਕੋਟੋਂ ਕੋਟ ਧੰਨਵਾਦ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਦਾ ਔਰ ਬਾਬਾ ਸਾਹਿਬ ਜੀ ਦਾ, ਜਿਨ੍ਹਾਂ ਦੀ ਬਦੌਲਤ, ਜਿਨ੍ਹਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦੇ ਨਾਲ ਆ ਸਾਨੂੰ ਇਹ ਸਮਾਂ ਮਿਲਿਆ ਇੱਕ ਸੰਗਤ ਦੇ ਰੂਪ ਦੇ ਵਿੱਚ ਜੁੜ ਬੈਠਣ ਦਾ। ਜੈ ਗੁਰਦੇਵ, ਧੰਨ ਗੁਰਦੇਵ, ਜੈ ਸੰਤਾਂ ਦੀ। ਸਤਿਗੁਰੂ ਰਵਿਦਾਸ ਪਬਲਿਕ ਸਕੂਲ ਪਿੰਡ ਜੈਤੇਵਾਲੀ ਵਿਖੇ ਤਪ ਸਥਾਨ ਸੰਤ ਬਾਬਾ ਫੂਲਨਾਥ ਜੀ, ਸੰਤ ਬਾਬਾ ਬ੍ਰਹਮਨਾਥ ਜੀ ਦੇ ਜੀ ਦਾ ਸਲਾਨਾ ਜੋੜ ਮੇਲਾ, ਜੋ ਕਿ ਹਰ ਸਾਲ ਪਿੰਡ ਜੈਤੇਵਾਲੀ ਵਿਖੇ
मनाया जाता है। आज भी इस संबंध में देश विदेश तो आई हुई संगत इस मेले की शोभा बढ़ा रही है। इस मेले में बहुत सारे संतां महापुरशां ने शिरकत की। संत बाबा कृष्ण नाथ जी महाराज जी की अगवाई हेठ ये मेला बहुत ही वधिया तरीके दे नाल नेपरे चढ़िया। आई हुई संगत का समूह संगत का सतगुरु रविदास पब्लिक स्कूल दी मैनेजमेंट कमेटी और संत बाबा फूलनाथ जी दी प्रबंधक कमेटी वालों मैं प्रिंसीपल सतगुरु रविदास पब्लिक स्कूल आप जी का बहुत बहुत धन्यवाद करती हाँ। सत्कारयोग सत संगत जी, जय गुरदेव धन गुरदेव, जय भीम जय भारत, जय संतान दी जी। महान तपस्वी धन धन संत बाबा फूलनाथ महाराज जी, संत बाबा ब्रह्मनाथ महाराज जी दे तप स्थान कुटिया संत बाबा फूलनाथ जी पिंड जैतेवाली, जिथे विद्या का केंद्र सतगुरु रविदास पब्लिक स्कूल पिंड जैतेवाली जिला जलंधर। और हर साल की तरह इस साल भी सालाना जोड़ मेला बहुत ही खुशियां चावं सदरां दे नाल मनाया गया, जिस दे विच पंजाब दे वक् वक् डेरियां तो संतां महापुरशां ने पहुँच के संगतां नूं नामबाणी दे नाल जोड़िया। और वड्डी गिणती दे विच संगतां ने महान महापुरशां दे प्रवचन ग्रहण किए। सो अज दे मुबारक मौके पर डेरा संत बाबा फूलनाथ जी और संत बाबा ब्रह्मनाथ महाराज जी के पावन अते पवित्र अस्थाना तो डेरे के मौजूदा गद्दी नशीन सत्कारयोग संत कृष्णनाथ जी हुणा वालों ते डेरे दियां समूह श्रद्धालु संगतां वालों अज दे सुभागे समय ते डेरे विखे और कुटिया संत बाबा फूलनाथ जी तप अस्थान जैतेवाली दे पावन पवित्र अस्थाना ते संगतां दा पहुँचण ते हार्दिक धन्नवाद सारियां संगतां नूं जी आयां आखदे हुए सारियां संगतां दा बहुत बहुत धन्नवाद। जय गुरदेव धन गुरदेव, जय भीम जय भारत, जय संतां दी जी।